wow. ਆਪਣਾ 2024 ਸਾਲ ਅੱਜ 70,000 ਸਬਸਕ੍ਰਾਈਬਰ ਵੀ ਹੋਰ ਚੱਲਿਆ, ਮਤਲਬ ਕਿ ਹਾਂ ਨਵੇਂ ਸਾਲ ਦੀਆਂ ਬੜੀਆਂ ਮੁਬਾਰਕਾਂ ਭਰਾਵਾਂ ਨੂੰ, ਹੈਪੀ ਨਿਊ ਈਅਰ। ਓਏ ਤੂੰ ਮਾਮਾ ਖਰਾਬੀਆਂ ਕਰਦਾ। ਇਹ ਕਿੱਥੇ ਕਿੱਥੇ, ਹਾਂ 70,000 ਜੇ ਮੈਂ ਵਲੌਗ ਬਣਾਉਣੇ ਸ਼ੁਰੂ ਕਰਦਾ ਨਾ, ਹਾਂ ਮੈਂ ਤੇਰੇ ਸਬਸਕ੍ਰਾਈਬਰ ਤੋਂ ਜ਼ਿਆਦਾ ਕ੍ਰੋਸ ਕਰ ਦਿੰਦੇ ਹਾਂ। ਹਾਂਜੀ ਤਾਂ ਮਿੱਤਰੋ, ਕਿਵੇਂ ਹੋ ਸਾਰੇ? 31 December 2023 ਦਾ ਲਾਸਟ ਵਲੌਗ ਅਤੇ ਲਾਸਟ ਦਿਨ ਤੁਹਾਡੇ ਸਾਰਿਆਂ ਸਾਹਮਣੇ। ਹੋਪ ਸੋ ਸਾਰੇ ਆਪਣੇ ਘਰ 'ਚ ਵਧੀਆ ਹੋਵੋ ਅਤੇ ਹੋਣੇ ਚਾਹੀਦੇ ਜੇ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡੇ ਸਾਡੇ ਯੂਟਿਊਬ ਗੇਮਿੰਗ ਚੈਨਲ ਦੇ ਵਿੱਚ ਅਤੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੇ ਵਲੌਗ ਵਾਲੇ ਦੇ ਵਿੱਚ। ਅਤੇ ਅੱਜ ਦਾ ਆਪਣਾ ਨਵਾਂ ਸਾਲ 2024 ਸੱਚਖੰਡ ਸ਼੍ਰੀ ਹਜੂਰ ਸਾਹਿਬ ਤੋਂ ਮਨਾਇਆ ਜਾਵੇਗਾ। ਮਨਾਇਆ ਕਰਦਾ ਮਤਲਬ ਕਿ ਸ਼ੁਰੂ ਕੀਤਾ ਜਾਵੇਗਾ। ਸੋ ਕਾਫੀ ਐਕਸਾਈਟਡ ਹਾਂ ਕਿ ਇਹ ਨਵਾਂ ਸਾਲ ਗੁਰੂ ਘਰ ਤੋਂ ਸ਼ੁਰੂ ਹੋ ਰਿਹਾ ਵਾ, ਕਿਉਂਕਿ ਲਾਸਟ ਈਅਰ ਜਦੋਂ ਆਪਾਂ ਅੰਬਰਸਰ ਹਾਂ ਉੱਧਰ ਵਾਪਸ ਕੀਤਾ ਸੀ ਅਤੇ 2024 ਹੁਣ ਆਪਣਾ ਹੋ ਰਿਹਾ ਵਾ ਹਜੂਰ ਸਾਹਿਬ ਤੋਂ। ਮੈਂ ਤਾਂ ਫੁੱਲ ਐਕਸਾਈਟਡ ਹਾਂ। ਤੁਸੀਂ ਭਾਜੀ ਨੇ ਭੁੱਖ ਲੱਗੀ ਆ, ਮੈਂ ਇਹਨੂੰ ਨਾ ਇੱਧਰ ਖੋਨਾ 2 ਵਜੇ ਲਾਉਣਾ, ਚੱਲਦੇ 5:30 ਹੋ ਗਿਆ। ਇੱਥੇ ਨਾ ਗਰਮੀ ਹੁੰਦੀ ਕਾਫੀ, ਸੋ ਨਿਕਲਿਆ ਨਹੀਂ ਜਾਂਦਾ, ਗਰਮੀ ਦਿਲ ਨਹੀਂ ਕਰਦਾ। ਅਤੇ ਟਾਈਮ ਹੁਣ ਹੋ ਚੁੱਕਾ ਵਾ 5:30, ਹੁਣ ਯਾਰ ਚੱਲਿਆ, ਪਹਿਲਾਂ ਕੁਛ ਖਾਵਾਂ ਪੀਵਾਂਗੇ ਅਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ, ਦਰਸ਼ਨ ਮੇਲੇ ਕਰਾਂਗੇ ਅਤੇ ਵਾਪਸੀ ਆਪਣੀ ਆਵਾਂਗੇ 1-2 ਵਜੇ ਰਾਤ ਨੂੰ, ਨਵਾਂ ਸਾਲ ਸ਼ੁਰੂ ਕਰਾ ਕੇ ਸਟਾਰਟ ਕਰਾ ਕੇ ਆਪਣਾ ਇੱਥੇ ਕੱਢ ਕੇ। ਬਸ ਸੂਰਜ ਢਲ ਚੱਲਾ ਵਾ, ਸਨਸੈਟ। ਚੱਲੀਏ ਫਿਰ ਸੰਗਤੋ, ਭੁੱਖ ਲੱਗੀ ਆ, ਮਤਲਬ ਕੁਛ ਖਾਈਏ, ਬੰਦੇ ਸੁਮਣ ਕਰੀ ਯਾਰ। ਕਿਹੋ ਚੀਜ਼ ਲੋੜ ਤੈਨੂੰ ਸੁਮਣ ਕਰਨ? ਓਏ ਆਹ ਭਾਊ ਮੰਮਾ, ਉਹ ਨਹੀਂ ਭਾਊ, ਉਹੀ ਨਹੀਂ ਹੋ ਰਹੀ ਕੋਈ ਲੱਗਣ ਡਈ ਅੱਗੇ ਭਾਊ ਤੇ ਬਣਨ ਲਿਆ। ਉਹ ਜੀ ਮਿੱਤਰੋ, ਵਾਹ ਜੀ ਭਾਜੀ, ਪਹਿਲਾਂ ਆਪਾਂ ਕੁਛ ਖਾਈਏ ਭਾਜੀ ਆਪਣੇ ਤੋਂ, ਫਿਰ ਬਾਕੀ ਦੇਖ ਜਾਂਗੇ। ਸੈਂਡਵਿਚ ਬਣਾ ਔਰ ਇੱਕ ਨਿਊਡਲ ਕੀ ਪਲੇਟ ਦੇ ਦੇਣਾ। ਹਾਂ ਇੱਕ ਨਿਊਡਲ ਕੀ ਪਲੇਟ, ਹਾਂ ਇੱਕ ਨਿਊਡਲ ਕੀ ਪਲੇਟ ਹੋਰ ਕਿੱਥੋਂ। ਲੋ ਜੀ ਮੈਂ ਨਿਊਡਲ ਜਾ ਗਿਆ ਜੀ, ਯਾਰ ਨਹੀਂ ਕਹਿੰਦਾ ਨਿਊਡਲ ਖਾਣੇ ਅੱਜ, ਮੈਂ ਤਾਂ ਪੀਜ਼ਾ ਕਰਾਉਣ ਲੱਗਾ, ਕਹਿੰਦਾ ਨਹੀਂ। ਮੈਂ ਚਲੋ ਠੀਕ ਹੈ ਯਾਰ, ਬੜੇ ਟਾਈਮ ਬਾਅਦ ਖਾ ਲੱਗਿਆ ਨਿਊਡਲ, ਕੋਲਡ ਡਰਿੰਕ ਲੈ ਆਇਆ। ਫਿਰ ਕਿੱਦਾਂ ਘੈਂਟ ਯਾਰ, ਸੋਸ ਪਾ ਥੋੜ੍ਹੀ। ਵਾਹ ਜੀ ਭਾਜੀ, ਨੇਟਾ ਟੇਸਟ ਆ ਤੁਹਾਡਾ। ਲਓ ਜੀ ਮਤਲਬ ਸੈਂਡਵਿਚ ਜਾ ਕੇ ਖਾਈਏ ਫਿਰ, ਉਹਨਾਂ ਨਿਊਡਲ ਯਾਰ ਘੈਂਟ ਹੈ। ਆ ਕਿੱਥੇ ਲੱਗਾ ਜੀ? ਚਲੋ ਜੀ ਮੈਂ ਤਾਂ ਥੋੜ੍ਹੀ ਬਹੁਤ ਪੇਟ ਪੂਜਾ ਕਰਕੇ ਅਤੇ ਬਾਅਦ 'ਚ ਆਈਸਕ੍ਰੀਮ ਲੈ ਕੇ ਯਾਰ ਨੂੰ ਚੱਲ ਪੜਿਆ ਕੇ ਅੱਗੇ ਗੁਰਦੁਆਰਾ ਸਾਹਿਬ ਵੱਲ ਨੂੰ ਚੱਲਦੇ ਨੇ, ਬਾਕੀ ਦੇਖ ਜਾਣ ਅੱਗੇ ਕੀ ਬਣਦਾ ਹੈ ਅਤੇ ਕੀ ਹੁੰਦਾ ਹੈ। ਹੋ ਗਈ ਮਾੜਾ ਮਾੜਾ ਗੁਜ਼ਾਰਾ ਜਿਹਾ, ਗੁਜ਼ਾਰਾ ਜਿਹਾ, ਬਾਕੀ ਬਾਅਦ ਦੇਖਦੇ ਹਾਂ ਲੋੜ ਪਏਗੀ ਤੇ।
ਯਾਰ ਅੱਜ ਨਾ ਸੱਚਖੰਡ ਦਾ ਲੰਗਰ ਕਾਫੀ ਲੱਗਿਆ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ, ਤੇ ਸਾਡੇ ਬੰਦਿਆਂ ਨੇ ਖਾ ਕੇ ਗਲੇ ਖਰਾਬ ਕਰ ਲਿਆ ਇੱਧਰ ਹੈ ਲੰਗਰ। ਸਹੀ ਗੱਲ ਯਾਰ, ਗਲੇ ਖਰਾਬ ਹੋ ਗਏ ਸਾਡੇ ਦੇ। 8 ਵੱਜ ਗਿਆ, ਹੋਰ ਕੁਛ 3 ਘੰਟੇ ਰਹਿ ਗਏ, 3-4 ਫਿਰ ਨਵਾਂ ਸਾਲ। ਲੈ ਬੋਲੋ ਨਾ, ਜੇ ਮੈਂ ਵਲੌਗ ਬਣਾਉਣੀ ਸ਼ੁਰੂ ਕਰ ਦਿੰਦਾ ਹਾਂ ਮੈਂ ਤੇਰੇ ਸਬਸਕ੍ਰਾਈਬਰ ਤੋਂ ਜ਼ਿਆਦਾ ਕ੍ਰੋਸ ਕਰ ਦਿੰਦੇ ਹਾਂ। ਹਾਂ ਕਿੰਨੇ ਟਾਈਮ 'ਚ? ਇਹ ਰੱਬ ਦੀ ਕਿਰਪਾ, ਟਾਈਮ ਵੇਖਣਾ। ਰੱਬ ਕਿਰਪਾ ਕਰੂਗਾ ਤੇ ਸ਼ੁਰੂ ਕਰੋ, ਰੱਬ ਕਿਰਪਾ ਕਰੂਗਾ ਤੇ ਜਿੱਦਣ ਰੱਬ ਦੀ ਸੰਦੇਸ਼ ਆਇਆ ਉਦੋਂ ਸ਼ੁਰੂ ਕਰਾਂਗੇ। ਭਲਾ ਰੱਬ ਕਿਰਪਾ ਕਰ ਦੇਗੀ, ਆਪਣਾ ਸੂਟ ਵਟਾਇਆ ਜਾਵੇ ਜਿਹੜਾ ਕੱਲ੍ਹ ਮੁੰਡਾ ਲਿਆਂਦਾ ਸੀ। ਕਿੱਥੇ ਗਿਆ ਮਾਮੋ? ਹਾਂ ਚਲੋ ਚਲੋ, ਕਾਲੇ ਨਾ ਪਵੋ, ਲਫਾਫਾ ਨੀ ਜਾਂਦਾ ਕਿਤੇ, ਕੋਈ ਕੱਢ ਕੇ ਲੈ ਜੇ ਗੱਲ ਔਖਰੀ। ਇਹ ਚੰਗਾ ਕਿ ਫੌਜੀਆਂ ਲੈ ਜਾਂਦੇ, ਵੱਡੀ ਚਾਹੀਦੀ ਤੈਨੂੰ, ਕੱਲ ਵੀ ਆਇਆ ਲਾੜਲਾ, ਮਾਂ ਲਾੜਲਾ ਹੋਊਗਾ ਪੱਕੀ ਗੱਲ, ਉਹ ਮਾਸੀ ਆ ਲਾੜਲਾ। ਹਾਂਜੀ ਆਪਾਂ ਲੈ ਕੇ ਗਏ ਮਾਮਾ, ਲੈ ਲਾ ਜਾਵੀ ਲਈ ਆਪਣਾ ਨਾਮ ਹੈ ਕਿੰਗ ਹੇਮਨ। ਹਾਂ ਦੋ ਜਣੀਆਂ ਲੈ ਜਾਂਦੇ ਵੱਡਿਆ ਤੇਰੇ ਜਵਾਕ ਆਪ ਰੱਬ ਦੇ ਜਵਾਕ। ਚਲੋ ਕੋਈ ਨੀ, ਬੰਦੇ ਛੱਲਾ ਲੈਣ ਫੇਰ ਆ ਗਿਆ, ਛੱਲਾ ਹੀ ਛੱਲਾ। ਉਹਨੂੰ ਕਿਹਾ ਆਵਾਜ਼ ਤੇ ਆਉਣ ਡਈ, ਚਲਾਇਓ ਚਲਾਇਓ ਚਲਾ ਲਾ ਲੋ ਜੀ, ਚੱਲ ਨੀ ਡਿਆ ਵੋਇਸ ਵੋਇਸ ਨੂੰ ਕੱਢੋ ਨੀ ਆ ਕੁੜੀਆਂ ਵਾਲਾ ਵਾ ਮੁੰਡਾ ਨੀ ਬਣਿਆ, ਉਹ ਕੁੜੀ ਵਾਲੀ ਆਉਂਦੀ ਚ ਸਾਰੇ ਕੁੜੀ ਆ ਵੀਰ, ਮੁੰਡਾ ਆਉਂਦਾ ਨੀ ਚ ਲਿਆ। ਫਿਰ ਉਹਨੇ ਜਿਹੜੀ ਕੁੜੀ ਪਸੰਦ ਕੀਤੀ ਉਹਦੀ ਲਾਵਾਂਗੇ ਨਾ, ਆਵਾਂਗੇ ਉਹ। ਵਾਓ ਵਾਓ, ਇਹ ਆਪਾਂ ਨੂੰ ਮਿਲਿਆ ਕਿੰਨੇ 50 ਰੁਪਈਆ ਦਾ, ਜਸਟ ਤੇ 50 ਚ ਮਿਲਣਾ ਸੀ 100 ਰੁਪਏ ਦਾ। ਓਏ ਉੱਥੋਂ 20 ਦਾ ਮਿਲ ਜਾਂਦਾ ਹੁੰਦਾ ਵਾ ਵਿਆਹਾਂ 'ਚ, ਹੋਰ ਓ ਜਾ ਠੱਗੇ ਓਏ ਉਹ ਪਤੰਦਰਾ।
ਪਹਿਲਾਂ ਦੱਸਣਾ ਸੀ ਸੱਚੀ ਯਾਰ ਤੇ ਰੱਬ ਤੇ ਪਛਾਉਂਦਾ ਵਾ ਮੈਂ ਟੈਲੀਫੋਨ ਲੈ ਲਿਆ ਪਰ ਟੈਲੀਫੋਨ ਬਾਹਰ ਕੈਨੇਡਾ 'ਚ ਫੋਨ ਕਰਨ ਵਾਸਤੇ ਓਏ ਵਿਆਹਾਂ 'ਚ ਭਲਾ ਕਿੰਨਾ ਮਿਲਦਾ ਦੱਸੀ ਬਾਬ ਦਾ ਫੋਨ ਆਇਆ ਜੀ ਕਿਆ ਹੈਲੋ ਬਾਬ ਮਿੱਤਰੋ ਨਵੇਂ ਸਾਲ ਦੀ ਖੁਸ਼ੀ ਦੇ ਨਾਲ ਨਾਲ ਇੱਕ ਹੋਰ ਖੁਸ਼ੀ ਆਪਾਂ ਨੂੰ ਮਿਲਣ ਜਾ ਰਹੀ ਆ ਭਾਅ ਜੀ ਵਾਅਦੇ ਕਰ ਲਿਓ ਆਪਣੇ ਮਤਲਬ ਨਾਲ ਦੀ ਨਾਲ 70,000 ਸਬਸਕ੍ਰਾਈਬਰ ਵੀ ਹੋਰ ਚੱਲਿਆ ਮਤਲਬ ਕਿ 70K ਦੀ ਫੈਮਿਲੀ ਵੀ ਆਪਣੇ ਨਾਲ ਇੱਕ ਜੋੜ ਚੱਲੀ ਆ ਵਾਹ ਹੋਰ ਕੀ ਚਾਹੀਦਾ ਹੈ ਲਾਈਵ ਕਾਉਂਟ ਲਾਇਆ ਵਾ ਅਤੇ ਨਾਲੇ ਗੁਰੂ ਘਰ ਦੇ ਬਾਹਰ ਬੈਠੇ ਹਾਂ 70K ਹੋ ਰਿਹਾ ਗੁਰੂ ਘਰ ਅਤੇ ਹੋਰ ਕੀ ਚਾਹੀਦਾ ਦੱਸੋ ਕੁਛ ਚਾਹੀਦਾ ਕੁਛ ਨਹੀਂ ਚਾਹੀਦਾ ਬਸ ਹੁਣ ਹੋ ਜਾਣ ਮਿੰਟ ਮਿੰਟ ਰਹਿ ਗਿਆ ਮਤਲਬ ਸਿਰਫ 7 ਹੋਰ ਉਹ ਫਾਈਨਲੀ ਮਿੱਤਰੋ ਮਿੱਤਰੋ ਸਬਰ ਦਾ ਫਲ ਖਤਮ ਹੋਣ ਜਾ ਰਿਹਾ ਵਾ 1 ਮਿੰਟ ਉਹ ਵਾਓ ਨਵਾਂ ਸਾਲ ਨਵਾਂ ਸਾਲ ਹੈਪੀ ਨਿਊ ਇਅਰ ਭਾਈ ਭਾਈ ਸਾਹਿਬ ਭਾਈ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਆਪਣਾ 2024 ਸਾਲ ਆ ਚੁੱਕਾ ਵਾ ਅੱਜ ਤੁਹਾਨੂੰ ਸਾਰਿਆਂ ਨੂੰ ਮਿੱਤਰੋ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਨਵੇਂ ਸਾਲ ਦੀਆਂ ਅਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਆ ਓ ਵਾਓ ਇਹ ਆਹ ਵੇਖੀਏ ਕਿੰਨਾ ਸੋਹਣਾ ਲੱਗ ਰਿਹਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਨਹੀਂ ਬਾਬੇ ਕਹਿੰਦੇ ਫਤਿਹ ਛੇਤੀ ਨਹੀਂ ਹੋਣੀ ਬਾਬੇ ਕਹਿੰਦੇ ਬਸ ਮਜ਼ੇ ਲਵੋ ਮਜ਼ੇ ਨਵੇਂ ਸਾਲ ਦੇ ਕਿੰਨਾ ਸਹੀ ਆ ਓਏ
ਭਾਈ ਜੀ ਹੈਪੀ ਨਿਊ ਈਅਰ, ਹੈਪੀ ਨਿਊ ਈਅਰ, ਹੈਪੀ ਨਿਊ ਈਅਰ ਭਾਈ, ਹੈਪੀ ਨਿਊ ਈਅਰ, ਨੌ ਸਾਲ ਮੁਬਾਰਕ। ਬੰਦਾ ਸਮਝਣ ਲੱਗ ਰਹੀ, ਆਹੋ ਛੋਟ ਦੀ ਮਾਰ ਲੈ ਤੇ ਇੱਧਰ ਛੋਟਾ ਤੂੰ ਮਾਮਾ ਖਰਾਬੀਆਂ ਕਰਦਾ। ਨਵੇਂ ਸਾਲ ਤੇ ਖਰਾਬੀਆਂ ਕਰਨੀ ਸ਼ੁਰੂ ਕਰਤੀ ਹੈ। ਸਾਰਿਆਂ ਨੂੰ, ਸਾਰਿਆਂ ਨੂੰ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਫੋਨ ਨਹੀਂ ਚੁੱਕਦਾ ਤੂੰ? ਹਾਂ, ਨਵੇਂ ਸਾਲ ਦੀਆਂ ਬੜੀਆਂ ਮੁਬਾਰਕਾਂ ਹਨ ਭਰਾਵਾਂ ਨੂੰ, ਹੈਪੀ ਨਿਊ ਈਅਰ। ਆਹੋ ਅੱਛਾ, 70 ਨਹੀਂ, 70 ਜੇ ਹੋਏ ਨੀ ਰਹਿ ਗਏ, 3 ਕੇ ਰਹਿੰਦੇ, 3-4 ਆਹੋ ਫੜ ਲੱਭੋ, ਬੰਦਾ ਲੱਭੋ ਕੋਈ। ਚਲੋ ਬਾਕੀ ਮਿੱਤਰ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ, ਬਹੁਤ ਬਹੁਤ ਜ਼ਿਆਦਾ ਸਾਡੇ ਵੱਲੋਂ, ਅਤੇ ਤੁਹਾਡਾ ਸਾਰਿਆਂ ਦਾ ਵੀ ਇਸ ਸਾਲ ਬਹੁਤ ਹੀ ਜ਼ਿਆਦਾ ਵਧੀਆ ਜਾਵੇ, ਜਿਹਨੂੰ ਜੋ ਚਾਹੀਦਾ ਵਾ ਉਹ ਮਿਲ ਜੇ, ਸਭ ਦੇ ਤਮੰਨਾ ਮਨੋਕਾਮਨਾ ਪੂਰੀਆਂ ਹੋਣ, ਅਤੇ ਜੋ ਜੋ ਤੁਸੀਂ ਆਪਣੇ ਸੁਪਨੇ ਸੋਚਿਆ ਇਸ ਸਾਲ ਸਾਰੇ ਪੂਰੇ ਕਰਿਓ, ਅਤੇ ਜਿਹੜੇ ਪਿਛਲੇ ਸਾਲ ਕੁਛ ਚੀਜ਼ਾਂ ਰਹਿ ਗਈਆਂ ਸੀ ਉਹ ਵੀ ਆਪਾਂ ਵੀ ਇਸ ਸਾਲ ਕਰਾਂਗੇ, ਅਤੇ ਤੁਸੀਂ ਵੀ ਜ਼ਰੂਰ ਕਰਨੀਆਂ ਵਾ, ਅਤੇ ਬਾਕੀ ਸਾਰੇ 70 ਕੇ ਰਹਿ ਗਏ, ਬਸ 3 ਕੁ ਇੰਚ 70 ਕੇ 7 ਤੋਂ ਬਸ 3 ਰਹਿ ਗਿਆ, ਸੋ ਬਸ ਹੋ ਚੱਲਿਆ ਹੋਰ 10-15 ਮਿੰਟਾਂ ਤੱਕ, ਅਤੇ ਬਾਕੀ ਯਾਰ ਆਪਾਂ ਯਾਰ ਬੜਾ ਚਾਅ ਚੜ ਰਿਹਾ, ਇੰਨਾ ਖੁਸ਼ੀ ਖੁਸ਼ੀ ਹੁੰਦਾ ਕਿ ਯਾਰ ਨਵਾਂ ਸਾਲ, ਓਹੋ ਬਾਬੇ ਬਾਬੇ ਨਹੀਂ ਬਸ ਕਰਦੇ ਅੱਜ, ਓ ਤੇਰੀ ਨੂੰ ਆ ਯਾਰ, ਓਏ ਕਰੀ ਤਾਂ ਬਾਕੀ ਯਾਰ, ਲਾਸਟ ਆਪਾਂ ਜਦੋਂ ਵੀ ਲੋਕ ਕਰਦੇ ਆ ਉਦੋਂ ਹੀ ਪਟਾਕੇ ਚੱਲਦੇ ਜੀ, ਹੁਣ ਆ ਕਰੀ ਕਰੀ ਉਹ ਕਰੀ ਜਲਦੀ। ਅਤੇ ਬਾਕੀ ਮਿੱਤਰ ਅਸੀਂ ਕਹਿ ਰਹੇ ਹਾਂ ਕਿ ਜੇ ਤੁਹਾਡੀਆਂ ਇਸ ਸਾਲ ਮਤਲਬ ਪਿਛਲੇ ਸਾਲ ਟਵਣੀ ਰੋਟੀ ਸੀ, ਜਿਹੜੀਆਂ ਲੜਾਈਆਂ ਲੜੀਆਂ ਰਹੀਆਂ ਵਾ ਉਹ ਸਾਰੀਆਂ ਆਪਣੇ ਚਵੇ ਚਵੇ ਨਿਪਟਾ ਕੇ ਖਤਮ ਕਰਿਓ, ਅਤੇ ਆਪਣੇ ਨਵੀਆਂ ਖੁਸ਼ੀਆਂ ਨਾਲ ਨਵੇਂ ਸਾਲ ਸ਼ੁਰੂ ਕਰਿਓ। ਸੋ ਮਤਲਬ ਕਹਿਣ ਦਾ ਮਤਲਬ ਆ ਕਿ ਜੋ ਗਿਲੇ ਸ਼ਿਕਵੇ ਜੋ ਟਵਣੀ ਰੋਟੀ ਤੁਹਾਡੇ ਮਾੜੇ ਕੰਮ ਹੋਏ ਆ, ਗਲਤੀਆਂ ਹੋਈਆਂ ਵਾ, ਸਾਰੀਆਂ ਆਪਾਂ ਨਵੇਂ ਸਾਲ ਸੁਧਾਰਾਂਗੇ ਅਸੀਂ ਵੀ ਅਤੇ ਤੁਸੀਂ ਵੀ। ਸੋ ਬਸ ਹੁਣ ਮਿਲਦੇ ਆਪਾਂ ਤੁਹਾਨੂੰ ਕੱਲ੍ਹ, ਅਤੇ ਅੱਜ ਗੀ ਵੀ ਇੱਕ, ਉੱਦਾਂ ਹੀ ਸਾਡੀ ਟ੍ਰੇਨ ਤੁਰ ਪੈਣੀ 9:30, ਬਟ ਟ੍ਰੇਨ ਕਾਫੀ ਲੇਟ ਚੱਲ ਰਹੀ ਆ, ਸੋ ਪਤਾ ਨਹੀਂ ਆਪਾਂ ਕਦੋਂ ਤੁਰਨਾ, ਕਦੋਂ ਪਤਾ ਕਿ ਨਵਾਂ ਸਾਲ ਗੁਰੂ ਘਰ ਤੋਂ ਸ਼ੁਰੂ ਹੋਇਆ ਵਾ, ਸੱਚਖੰਡ ਸ਼੍ਰੀ ਹਜੂਰ ਸਾਹਿਬ ਤੋਂ। ਇਸ ਤੋਂ ਵੱਧ ਕੇ ਮੈਨੂੰ ਹੋਰ ਕੁਛ ਨਹੀਂ ਯਾਰ ਚਾਹੀਦਾ ਨਵੇਂ ਸਾਲ 'ਤੇ। ਲੋਕ ਪਾਰਟੀਆਂ ਕਰਦੇ ਆ ਉੱਥੇ ਜਾ ਕੇ, ਇੱਥੇ ਆ ਕੇ, ਪਰ ਸਾਡੇ ਲਈ ਇਹੋ ਸਭ ਕੁਛ ਆ ਵੀ ਨਵਾਂ ਸਾਲ ਗੁਰੂ ਘਰ ਸ਼ੁਰੂ ਹੋ ਜਾਣਾ, ਸਮਝੋ ਸਾਰਾ ਸਾਲ ਐਵੇਂ ਵਧੀਆ ਜਾਵੇ ਬਾਬੇ ਦੀ ਮਿਹਰ ਨਾਲ। ਹਾਂ ਭਾਊ, ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਆਪਣੇ ਮਿੱਤਰੋ, 70 ਕੇ ਕੰਪਲੀਟ ਹੋ ਚੁੱਕੇ ਆ ਭਾਈ, ਜੱਫੀ ਬਣਦੀ ਇੱਕ ਭਾਈ, ਜੱਫੀ ਨੇ ਨੀ ਘੁੱਟ ਕੇ ਪਾਈ ਨਾ, ਮਤਲਬ ਕਿ ਮਿਲਦਾ 70 ਕੇ ਇਹਨੇ ਮੇਰੇ ਤੋਂ ਚਾਹ ਇਹਨਾਂ ਨੂੰ ਆ, ਇਹ ਕਿੱਥੇ ਕਿੱਥੇ, ਹਾਂ 70 ਕੇ ਫਾਈਨਲੀ, 70 ਕੇ ਦੀ ਫੈਮਲੀ ਸਾਡੇ ਨਾਲ ਜੁੜ ਚੁੱਕੀ ਆ ਯਾਰ, ਨਵੇਂ ਸਾਲ ਦੀਆਂ ਇੰਨੀਆਂ ਖੁਸ਼ੀਆਂ ਮੈਨੂੰ ਇਕੱਠੀਆਂ ਮਿਲ ਗਈਆਂ, ਗੁਰੂ ਘਰ ਨਵਾਂ ਸਾਲ ਸ਼ੁਰੂ ਉੱਤੋਂ 70 ਕੇ ਉੱਤੋਂ ਹੋਰ ਵੀ ਯਾਰ ਰਲਦੀਆਂ ਮਿਲ ਜਾਂਦੀਆਂ ਸਾਰੀਆਂ ਖੁਸ਼ੀਆਂ, ਵਾਹ ਹੋਰ ਕੀ ਚਾਹੀਦਾ ਜ਼ਿੰਦਗੀ ਦੇ ਵਿੱਚ, ਕੀ ਚਾਹੀਦਾ, ਕੁਛ ਲੈਣਾ ਆਪਾਂ ਹੋਰ, ਕੁਝ ਨਹੀਂ ਲੈਣਾ, ਬਸ ਪਿਆਰ ਲੈਣਾ ਤੁਹਾਡਾ, ਅਤੇ ਬਾਕੀ ਬਹੁਤ ਬਹੁਤ ਦਿਲੋਂ ਧੰਨਵਾਦ 70 ਕੇ ਦਾ ਵੀ, ਥੈਂਕ ਯੂ ਸੋ ਮੱਚ ਕਿ ਇੱਕ ਦਿਨ ਅੱਜ ਇੰਨਾ ਕੁਛ ਆਪਾਂ ਨੂੰ ਮਿਲਿਆ ਅਤੇ ਹੋਇਆ, ਉਹ ਵੀ ਗੁਰੂ ਘਰ ਦੇ ਸਾਹਮਣੇ, ਵਾਹ।
ਬਾਬਾ ਵੀ ਠੀਕ ਰਹਿ ਕੀ ਕਰੇ ਵਾਦਾ ਅੱਛਾ ਵਾਦਾ ਹਾਂ ਹਾਂ ਵਾਦਾ ਵਾਦਾ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ। ਵਾਹਿਗੁਰੂ ਅੱਗੇ ਦੁਆ ਕਰਦਾ ਵੀ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਇੱਕ ਨਵੀਂ ਨੁਹਾਰ ਲੈ ਕੇ ਆਵੇ, ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਤਰੱਕੀ ਦੇਵੇ, ਖੁਸ਼ ਰੱਖੇ ਅਤੇ ਇੱਕ ਨਵੀਂ ਬੁਲੰਦੀ ਦੇ ਕੇ ਜਾਵੇ ਤੁਹਾਨੂੰ ਸਾਰਿਆਂ ਨੂੰ।